सब कुछ ले लैण द्वारा वो सिखी दे देण पर माफ करियो ये बार बार इस तरह नहीं वापरदा। भाग जागदे ने तां सिखी मिलदी है, नहीं तो ये रस्ता ऐसा है जिथे कई मील जाके दूर यूटर्न आउंदा है, छेती यूटर्न नहीं मिलता, कई बार पूरा जन्म लंघ जांदा है, तुसीं वापस नहीं आ सकोगे। इसलिए थोड़ा सुचेत होके मंगना और गुरु अगे हाथ जोड़ के अरदास करनी, दाता तू सानू याद करौंदा रही केड़ी गल के बिन तुद होर जे मंगना, बिन तुद होर जे मंगना, बिन तुद होर जे गुरु सानू याद कराउंदे रहण के सिर दुखां के दुख, सिर दुखां के दुख, सिर दुखां के दुख, सिर दुखां के दुख। महाराज तुहाडे तो बगैर दुख ही दुख हन, फिर मन की मंगेगा? दे नाम संतोखिया, दे नाम संतोखिया, दे नाम उतरे मन की पोख, उतरे मन की पोख, उतरे मन की ਕਹਿਣ ਤੋਂ ਭਾਵ ਮਨ ਵਪਾਰੀ ਹੈ। ਇਹ ਪਦਾਰਥਾਂ ਦਾ ਮੁੱਲ ਪਾਉਂਦੇ, ਜ਼ਮੀਨ ਮੁੱਲ ਮਿਲ ਜਾਂਦੀ ਹੈ, ਕੱਪੜਾ ਮੁੱਲ ਮਿਲ ਜਾਂਦਾ ਹੈ, ਹਰ ਚੀਜ਼ ਮੁੱਲ ਮਿਲਦੀ ਹੈ, ਬੰਦੇ ਮੁੱਲ ਖਰੀਦੇ ਜਾਂਦੇ ਨੇ, ਕਿਤੇ ਮੈਨੂੰ ਰੱਬ ਵੀ ਮੁੱਲ ਮਿਲ ਜਾਏ, ਜੇ ਮਿਲਦਾ ਹੋਵੇ ਦੁਨੀਆ ਖਰੀਦ ਲੈ, ਪਰ ਨਹੀਂ ਮਿਲਦਾ। ਹਾਂ ਮੁੱਲ ਮਿਲਦਾ ਹੈ, ਉਹਦਾ ਮੁੱਲ ਬਹੁਤ ਵੱਡਾ ਤਾਰਨਾ ਪੈਂਦਾ ਹੈ। ਜਿਸ ਦਿਨ ਮੁੱਲ ਤਾਰ ਦੋਗੇ ਤੁਹਾਡੇ ਪੱਲੇ ਕੁਝ ਨਹੀਂ ਰਹੇਗਾ। ਜਿਸ ਦਿਨ ਕੋਈ ਮੁੱਲ ਤਾਰਨ ਦੀ ਹਿੰਮਤ ਰੱਖਦਾ ਉਦਣ ਰੱਬ ਸਭ ਕੁਝ ਖੋ ਲੈਂਦਾ, ਤੁਹਾਡੀ ਮਰਜ਼ੀ ਤੁਹਾਡੀ ਨਹੀਂ ਰਹੇਗੀ। ਇਹ ਸਭ ਤੋਂ ਵੱਡੀ ਗੱਲ ਹੈ, ਆਪਣੀ ਮਰਜ਼ੀ ਨਾਲ ਇੱਕ ਕਦਮ ਨਹੀਂ ਪੁੱਟ ਸਕੋਗੇ। ਉਹ ਮੁੱਲ ਮੰਗਦਾ ਪਤਾ ਕੀ? ਫਿਰ ਸਾਹਿਬ ਕਹਿਣਗੇ ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਸਕਦਾ, ਮੁੱਲ ਮਿਲ ਜਾਏਗਾ ਰੱਬ। ਜਿੱਦਣ ਮਨ ਦੇ ਦਿੱਤਾ ਤੇਰੀਆਂ ਛਾਵਾਂ ਮਿਟ ਜਾਣਗੀਆਂ, ਤੇਰੀ ਕੋਈ ਮਰਜ਼ੀ ਨਹੀਂ ਰਹੇਗੀ, ਉਦਣ ਤੈਨੂੰ ਅਸਲੀਅਤ ਇੱਕ ਸਮਝ ਆ ਜਾਏਗੀ। ਪਦਾਰਥਾਂ ਦਾ ਮੁੱਲ ਮਨ ਪਾ ਲੈਂਦਾ ਤੇ ਇਹ ਸੰਸਾਰ ਪਦਾਰਥ ਵਿੱਚੋਂ ਜਿੱਦਣ ਆਤਮਾ ਪਰਮ ਆਤਮਾ ਨਾਲ ਟੱਚ ਹੋਏਗੀ ਉਦਣ ਤੈਨੂੰ ਸਮਝ ਆਏਗੀ। ਉਹ ਮਨਾ ਅੱਜ ਤੱਕ ਮੁੱਲ ਪਾਉਂਦਾ ਰਿਹਾ ਪਰ ਰੱਬ ਦੀਆਂ ਚੀਜ਼ਾਂ ਦਾ ਕੋਈ ਮੁੱਲ ਨਹੀਂ, ਤੈਨੂੰ ਸਮਝ ਆਏਗਾ। ਤੂੰ ਜ਼ਮੀਨ ਦਾ ਮੁੱਲ ਦੇ ਸਕਦਾ, ਚੇਤੇ ਰੱਖ ਦੋ ਚਾਰ ਦਿਨ ਲਈ ਬਿਮਾਰ ਹੋ ਜਾ, ਡਾਕਟਰ ਆਕਸੀਜਨ ਲਾਉਂਦਾ, ਤੂੰ ਉਹਦਾ ਮੁੱਲ ਦੇ ਸਕਦਾ। ਸਰੀਰ 'ਚ ਸੈੱਲ ਘੱਟ ਜਾਣ, ਬਲੱਡ ਘੱਟ ਜਾਏ, ਤੈਨੂੰ ਕੋਈ ਬਲੱਡ ਚਾੜਦਾ, ਡਾਕਟਰ ਨੂੰ ਮੁੱਲ ਦੇ ਸਕਦਾ ਤੂੰ। ਪਰ ਇੱਕ ਗੱਲ ਦੱਸ, ਜਿਹੜੇ ਰੱਬ ਨੇ ਹੁਣ ਤੱਕ ਤੈਨੂੰ ਦਿਨ ਰਾਤ ਫ੍ਰੀ ਆਕਸੀਜਨ ਦਿੱਤੀ ਹੈ ਉਹਦਾ ਮੁੱਲ ਕਿੱਥੋਂ ਤਾਰੇਗਾ? ਦੋ ਚਾਰ ਬੋਤਲਾਂ ਦਾ ਬਲੱਡ ਦਾ ਮੁੱਲ ਦੇ ਦਿੰਦੇ, ਜਿਹੜਾ ਰੱਬ ਤੇਰੇ ਸਰੀਰ ਵਿੱਚ ਨਿਤ ਨਵਾਂ ਬਲੱਡ ਪੈਦਾ ਕਰ ਰਿਹਾ ਉਸ ਖੂਨ ਦਾ ਮੁੱਲ ਕਿੱਥੋਂ ਤਾਰੇਗਾ? ਮੈਡੀਕਲ ਸਾਇੰਸ ਕਹਿੰਦੀ ਹੈ ਇੱਕ ਤੰਦਰੁਸਤ ਸਰੀਰ ਦੇ ਅੰਦਰ ਇੱਕ ਸਾਲ ਵਿੱਚ 8 ਲੱਖ ਗੈਲਨ ਜਿਹੜਾ ਨਵਾਂ ਖੂਨ ਹੈ ਉਹ ਤਿਆਰ ਹੁੰਦਾ, ਫਿਲਟਰ ਹੁੰਦਾ ਉਸ ਤੇ। ਔਰ ਜੇ ਉਹ ਖੂਨ ਫਿਲਟਰ ਨਾ ਹੋਵੇ, ਬਲੱਡ ਸਾਫ਼ ਨਾ ਹੋਵੇ, ਲੋਕਾਂ ਦੀਆਂ ਕਿਡਨੀਆਂ ਡੈਮੇਜ ਹੋ ਜਾਂਦੀਆਂ ਨੇ, ਡਾਇਲਸਿਸ ਕਰਾਉਣੀ ਪੈਂਦੀ। ਇਹ ਫਿਲਟਰ ਕਰਦੇ ਪੁਰਖ ਨੇ ਲਾਇਆ, ਕਿੱਥੋਂ ਦਾ ਮੁੱਲ ਤਾਰੋਗੇ? ਜਿਹੜੇ ਰੱਬ ਨੇ ਖੂਨ ਸਾਫ਼ ਕਰਨ ਦਾ ਫਿਲਟਰ ਅੰਦਰ ਲਾਇਆ ਉਹਦਾ ਮੁੱਲ ਤਾਰ ਕੇ ਦੱਸ। ਜਿਹੜੇ ਰੱਬ ਨੇ ਫ੍ਰੀ ਆਕਸੀਜਨ ਦਿੱਤੀ ਉਹਦਾ ਮੁੱਲ ਤਾਰ ਕੇ ਦੱਸ। ਉਹ ਭਲਿਆ ਕਿਤੇ ਗੰਦੀ ਹਵਾ ਅੰਦਰ ਚਲੀ ਜਾਏ, ਰੱਬ ਨੇ ਉਹ ਆਕਸੀਜਨ ਸਾਫ਼ ਕਰਨ ਵਾਸਤੇ ਫੇਫੜੇ ਲਾਏ ਨੇ, ਉਹਦਾ ਮੁੱਲ ਤਾਰ ਕੇ ਦੱਸ ਮੈਨੂੰ। ਕੱਲ੍ਹ ਇੱਕ ਮਹਾਂਪੁਰਸ਼ਾਂ ਕੋਲ ਗਏ, ਉਹਨਾਂ ਕਿਹਾ ਕਿਸੇ ਦੇ ਥੋੜੇ ਫੇਫੜੇ ਡੈਮੇਜ ਹੋ ਗਏ,
ਡਾਕਟਰਾਂ ਕਿਹਾ ਹੁਣ ਕੋਈ ਇਲਾਜ ਨਹੀਂ, 40% ਰਹਿ ਗਏ ਨੇ, ਬਸ ਇਸ ਤਰ੍ਹਾਂ ਸਮਾਂ ਲਗਾਓ, ਉਸ ਤੋਂ ਬਾਅਦ ਆਕਸੀਜਨ ਤੇ ਕੁਝ ਮਹੀਨੇ ਲੰਘਣਗੇ, ਡੈਥ ਹੈ, ਕੁਝ ਇਲਾਜ ਨਹੀਂ, ਫੇਫੜਾ ਨਹੀਂ ਪੈ ਸਕਦਾ। ਤੇ ਉਹ ਜਿੱਥੇ ਗਏ ਉਹ ਕਹਿਣਗੇ ਜੀ ਇੰਜੈਕਸ਼ਨ ਲੱਗਣਗੇ, ਪਤਾ ਕਿੰਨੇ ਦਾ? ਇੱਕ ਇੰਜੈਕਸ਼ਨ 8,500 ਰੁਪਏ ਦਾ ਲੱਗੇਗਾ, ਗਰੰਟੀ ਕੋਈ ਨਹੀਂ ਕਿ ਠੀਕ ਹੋਵੋ ਜਾਂ ਨਾ ਹੋਵੋ। ਇੱਕ ਇੰਜੈਕਸ਼ਨ ਹੋਰ ਵੀ ਮਹਿੰਗਾ ਹੈ, ਉਹ ਛੇਤੀ ਠੀਕ ਕਰ ਦੇਗਾ। 27,500 ਰੁਪਏ ਦਾ ਟੀਕਾ ਲਵਾ ਲਓ, ਪਰ ਗਰੰਟੀ 100% ਉਹਦੀ ਵੀ ਨਹੀਂ, ਹੱਦ ਹੋ ਗਈ ਗੱਲ ਵਾਲੀ। ਉਹ ਭਲਿਆ ਜਿਹਨੇ ਮੁਫਤ ਵਿੱਚ ਇਹ ਅੰਦਰ ਸਭ ਕੁਝ ਫਿਲਟਰ ਲਾਏ, ਤੂੰ ਉਹਦਾ ਮੁੱਲ ਕਿੱਥੋਂ ਤਾਰ ਲਏਗਾ? ਇੱਕ ਕੰਮ ਕਰਿਆ ਕਰ, ਚਿੱਤ ਜੋੜ ਕੇ ਰੋਜ਼ ਪੌੜੀ ਪੜ੍ਹ ਲਿਆ ਕਰ, ਅਮੁੱਲ ਗੁਣਿਆ ਮੁੱਲ ਵਾਪਾਰ, ਅਮੁੱਲ ਵਾਪਾਰੀ ਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਏ, ਮੁੱਲ ਪਾਏ ਅਮੁੱਲਾ ਸਮਾਏ, ਅਮੁੱਲੋ ਮੁੱਲ ਆਖਿਆ ਨਾ ਜਾਏ। ਉਹਦੇ ਸ਼ੁਕਰਾਨੇ ਵਿੱਚ ਜੁੜ ਜਾਇਆ ਕਰ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਕਹਿਣ ਲੱਗੇ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ, ਸਾਈ ਸੁਹਾਗਣ ਨਾਰ, ਫਿਰ ਤੂੰ ਉਹਦਾ ਪੱਕਾ ਹੀ ਹੋ ਜਾਏਗਾ ਜਿੱਦਣ ਉਹਨੇ ਤੇਰੇ ਕਰਮਾਂ ਉੱਤੇ ਨਦਰ ਕਰ ਦਿੱਤੀ। ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ। ਫਿਰ ਗੁਰੂ ਦੀ ਸੇਵਾ ਰਾਹੀਂ ਰੱਬ ਮਿਲ ਜਾਂਦਾ, ਪਰ ਕਿਹਨਾਂ ਨੂੰ ਮਿਲਦਾ? ਜਾ ਕੋ ਨਦਰ ਕਰੇ। ਇੱਕ ਸੂਤਰ ਹੋਰ ਤੁਹਾਡੇ ਕੰਮ ਆਏਗਾ ਅਧਿਆਤਮ ਦੀ ਦੁਨੀਆਂ ਵਿੱਚ। ਰੱਬ ਨਾਲ ਮਿਲਾਉਣ ਵਾਸਤੇ ਗੁਰੂ ਵਿਚੋਲੇ, ਪਰ ਗੁਰੂ ਤੱਕ ਲਿਆਉਣ ਵਾਸਤੇ ਗੁਰੂ ਦਾ ਸ਼ਬਦ, ਗੁਰੂ ਦੇ ਸਿੱਖ ਜਿਹੜੇ ਨੇ ਉਹ ਵਿਚੋਲਾ ਬਣਦੇ। ਇਸ ਲਈ ਜਪਣ ਵਾਲਿਆਂ ਦੀ ਸੰਗਤ ਵੀ ਜ਼ਰੂਰੀ ਹੈ। ਐਵੇਂ ਨਹੀਂ ਕਿ ਆਪਾਂ ਰੋਜ਼ ਇੱਥੇ ਬਹਿੰਦੇ, ਇਹਦਾ ਕੋਈ ਮਹੱਤਵ ਹੈ? ਇਹ ਸੰਗਤ ਹੀ ਤੁਹਾਨੂੰ ਗੁਰੂ ਨਾਲ ਮਿਲਾਏਗੀ ਔਰ ਗੁਰੂ ਹੀ ਤੁਹਾਨੂੰ ਪਰਮਾਤਮਾ ਨਾਲ ਮਿਲਾਏਗਾ। ਇਤਿਹਾਸ ਵਿੱਚ ਅਨੇਕਾਂ ਐਗਜ਼ੈਂਪਲਾਂ ਐਸੀਆਂ ਆਈਆਂ। ਭਾਈ ਲਹਿਣਾ ਜੀ ਕੋਈ ਬਹੁਤਾ ਦੂਰ ਪਿੰਡ ਨਹੀਂ, ਕਈ ਵਾਰ ਕਰਤਾਰਪੁਰ ਸਾਹਿਬ ਤੋਂ ਲੰਘੇ ਨੇ, ਪਰ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਨਹੀਂ ਹੋਇਆ। ਔਰ ਮਿਲਾਪ ਕਿੱਦਣ ਹੁੰਦਾ? ਜਿੱਦਣ ਵਿੱਚ ਸ਼ਬਦ ਵਿਚੋਲਾ ਬਣਦਾ। ਭਾਈ ਜੋਤ ਦੀ ਮੁਬਾਰਕ ਰਸਨਾ ਤੋਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ, ਜਿੱਤ ਕੀਤਾ ਪਾਈਏ ਆਪਣਾ ਸਾਕਾਲ, ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀ ਹੈ, ਜੇ ਵੇਹਾ ਪਾਸਾ ਢਾਲੀ ਹੈ, ਉੱਥੇ ਕਹਿੰਦੇ ਨੇ ਕਿਛ ਲਾਹੇ ਉੱਪਰ ਘਾਲੀ ਹੈ। ਜਦੋਂ ਪੌੜੀ ਦਾ ਪਾਠ ਸੁਣਿਆ ਤੇ ਅੰਦਰ ਉਹ ਸ਼ਬਦ ਵਸ ਗਏ, ਹੱਥ ਜੋੜ ਕੇ ਭਾਈ ਜੋਧ ਅਨੇਕਾਂ ਸਾਲ ਲੰਘ ਗਏ, ਪੈਰਾਂ ਵਿੱਚ ਘੁੰਗਰੂ ਪਾ ਕੇ ਨੱਚ ਨੱਚ ਕੇ ਮੈਂ ਕਿਤੇ ਮੰਦਰਾਂ ਵਿੱਚ ਜਾਂਦਾ ਰਿਹਾ, ਅਨੇਕਾਂ ਤਰ੍ਹਾਂ ਦੇ ਵਰਤ ਰੱਖ ਕੇ ਮਨਾਉਂਦਾ ਰਿਹਾ, ਅਨੇਕਾਂ ਤਰ੍ਹਾਂ ਦੇ ਜਤ ਸਤ ਸਾਧਦਾ ਰਿਹਾ, ਇੰਨਾ ਆਨੰਦ ਜੀਵਨ ਵਿੱਚ ਕਦੇ ਨਹੀਂ ਆਇਆ ਜਿੰਨਾ ਤੇਰਾ ਸ਼ਬਦ ਸੁਣ ਕੇ ਆਇਆ। ਭਾਈ ਜੋਧ ਨੇ ਕਿਹਾ ਇਹ ਸ਼ਬਦ ਮੇਰਾ ਨਹੀਂ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਦਾ ਹੈ। ਕਿੱਥੇ ਵਸਦੇ ਨੇ? ਸ੍ਰੀ ਕਰਤਾਰਪੁਰ ਸਾਹਿਬ ਰਹਿੰਦੇ ਨੇ। ਮੈਨੂੰ ਪੱਕਾ ਐਡਰੈਸ ਪਤਾ ਦੱਸ, ਮੈਂ ਜਾ ਕੇ ਦਰਸ਼ਨ ਕਰਾਂ। ਕਈ ਵਾਰ ਕਰਤਾਰਪੁਰ ਦੀ ਜੂਹ ਚੋਂ ਲੰਘੇ ਨੇ, ਪਰ ਅੱਜ ਸ਼ਬਦ ਵਿੱਚ ਵਿਚੋਲਾ ਬਣਿਆ। ਭਾਈ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਆਏ, 7 ਸਾਲ ਸੇਵਾ ਕਰਕੇ ਰੱਬ ਦਾ ਰੂਪ ਹੋ ਕੇ ਗੁਰੂ ਨਾਨਕ ਹੋ ਗਏ। ਵਿੱਚ ਵਿਚੋਲਾ ਸ਼ਬਦ। 22 ਸਾਲ ਤੀਰਥਾਂ ਤੇ ਜਾਂਦੇ ਰਹੇ ਗੁਰੂ ਅਮਰਦਾਸ ਸਾਹਿਬ। ਜਿੱਦਣ ਵਿੱਚ ਮਿਲਾਪ ਹੋਇਆ ਗੁਰੂ ਨਾਲ, ਉਦਣ ਸ਼ਬਦ ਵਿਚੋਲਾ ਬਣਿਆ। ਆਪਣੇ ਭਰਾ ਦੀ ਨੂੰਹ ਦੀ ਰਸਨਾ ਤੋਂ ਕੰਨਾਂ ਵਿੱਚ ਆਵਾਜ਼ ਪਈ, ਕਰਨੀ ਕੀਰਤ ਵਾਚੀ ਹੈ। ਉਹ ਜਿਹੜੀ ਅੰਦਰ ਆਵਾਜ਼ ਫਿਰ ਗਈ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਈ ਅੰਤਰ। ਜਦੋਂ ਅੰਦਰ ਆਵਾਜ਼ ਸ਼ਬਦ ਦੀ ਪਈ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਲੋਹਾ ਵੀ ਸੋਨਾ ਹੋ ਸਕਦਾ, ਕਿਵੇਂ? ਜੇ ਗੁਰ ਮਿਲੈ ਤਨੇਹਾ, ਇੱਕ ਨਾਮ ਅੰਮ੍ਰਿਤ ਉਹ ਦੇਵੈ, ਤੋਂ ਨਾਨਕ ਦ੍ਰਿਸ਼ਟਸ ਦੇਹਾ। ਖੜ ਕੇ ਸੁਣਦੇ ਰਹੇ, ਅੱਖਾਂ ਭਰ ਆਈਆਂ, ਸ਼ਬਦ ਮੁੱਕਿਆ ਤੇ ਭਰਾ ਦੇ ਘਰ ਦਾ ਦਰਵਾਜ਼ਾ ਖੜਕਾਇਆ, ਨੂੰਹ ਨੇ ਦਰਵਾਜ਼ਾ ਖੋਲਿਆ, ਪਿਆਰ ਨਾਲ ਹੱਥ ਜੋੜ ਬੋਲੇ, ਧੀਏ ਇਹ ਸ਼ਬਦ ਕਿਸ ਦਾ ਪੜਦੀ ਸੀ?
मन तपदा ठर गया, उन्हें कहा यह शब्द धन गुरु नानक साहब दे, कह लगे मैनू मिल जाएंगे, कह लगे वह शरीर करके ते नहीं पियाना कर गए, पर उन्हां दी जगह ते मेरे पिता जी बैठे ने खडूर साहब, गुरु अंगद देव जी। पहला भी गुरु अंगद साहब नू मिले ने, जिदन भतीजे नू व्याण गए ने, पर मिलाप नहीं होया। गुरु नाल मिलाप विच शब्द विचोला बने है, वो सिखा गुरु की संगत, साधु की संगत, सिखा की संगत तेनू गुरु नाल मिला देगी, गुरु अगे रब नाल मिला देगा। अज मेरे साहब जी बचन कहिंदे गुर सेवा ते हर पाई है, रब सीधा नहीं मिलेगा मिलेगा। हाँ विच एक कम करदा है, तुसी सीधा ट्रांसफार्मर नू हाथ नहीं ला सकते, उसे वक्त झटदेगा और उसे वक्त मौत है, डायरेक्ट नहीं मिल सको। पहला छोटी मोटी तेनू करंट लगती रहे, भाव तू समझ कि यह सब कुछ कितों आ रहा है। जिन्ना लाइट सिस्टम तुसी वेख रहे हो ये पिछे एको चीज कम करती है, बल्ब किन्ने भी महंगे हो, पखे किन्ने भी कीमती लगे होन, पर चलन दे विच कोई ताकत कम करती है, पिछों बिजली आउंदी है ते चलेगी, इलैक्ट्रिसिटी तो बगैर सब कुछ नेरा है। इदां ये याद रख, तेरे कर्म उस दिन सार्थक होणगे जिदन पिछों किरपा नाल जुड़ गई, किरपा तो बगैर साधन किन्ने भी कीमती होण, कर्म सब व्यर्थ चले जाणगे। हुण किरपा तक पहुंचण वास्ते तैनू संगत विच जुड़ना पैणा है। मैं अज सवेरे भी कित बेनती की, एक सिख महाराज के दरबार में, तो जो दूजे सिखा ने कहना ना सेवा करया कर, फलानी दाल उत्थों सेवा लिया, फलानी चीज लिया, उन्हें कहना एवें रो पाउंदे हो, जिहो जिहा तुसीं सिख हो उदां दा मैं सिख, मैनू गुरु साहब हुक्म करन, तुसीं कौन हुंदे हो हुक्म करन वाले, आप करो। वो सिखा एक दिन महाराज नूं दस दिता, छेवें पातशाह जी एक सिख है, वह लंगर प्रशादा छकदा है, रहिंदा इत्थे ही है, पर साडा हुक्म नहीं मनदा। वह कहिंदा जी सीधा गुरु हुक्म करे तां मन्नांगा। ते महाराज जी ने एक दिन बुला लिया, कहन लगे बई सेवा नहीं करदा सिखां दे कहण ते, कहिंदा महाराज जी मेरे वर्गे ने, मैनू कहदा हुक्म कर दे, तुसीं करो ते फिर करांगा। ते महाराज जी ने बचन कहा वेख लै, गुरु का हुक्म चल भी सकदा है, पहला सिखां दे हुक्म चलने सिख, ये छोटी छोटी हथौड़ियां दी सट है, गुरु दा हुक्म बदान दी चोट है। वो कोई मर्द हिम्मत वाला चलदा है, सारियां तो चली नहीं जा सकदा, किहड़ा चले गुरु दी चला, जिदन गुरु हुक्म सीधा पाउंदा है सीधा नहीं चल सकोगे। इसे लिए महाराज ने एक प्रक्रिया रखी, संगत विच ही आ, मेरे माधो जी सत संगत मिले सो तरिया, गुर प्रसाद परम पद पाया, सुख के काष्ट हरिया, तेनू इस प्रक्रिया विचों लंघ के आना। महाराज कहिंदे चल लेंगा, वो चुप कर गया। तो सतगुरां एक नमूना दिखाया, जानी पठान महाराज के दरबार में आया, वह कई दिन पुकारदा रहा, जानी को जानी मिला दो। महाराज ने कहा बाहर कढ दिओ इहनूं, बाहर बिठा दिता, बाहर भी उही जपदा रहा, क्योंकि उहदे फकीर गुरु ने कहा सी जिथों तक मैनू पता सी मैं तैनू लै आंदा, हुण अगे रब नाल गुरु हरगोबिंद साहिब मिलाउणे, मैनू अगे नहीं पता, उही मिला सकणगे, विश्वास नाल बह गया। तीजे दिन भी जानी को जानी मिला दो, महाराज कहिंदे ने दी आवाज इत्थों तक आउंदी रहिंदी, दूर कर दिओ, उहनूं होर दूर बिठा दिता। फिर मेरे सच्चे पातशाह जी, हुण उह सिख वेख रिहा है कि गुरु दा हुक्म की है, जदों गुरु हुक्म करदा है कोई हिम्मत वाला कमा सकदा है। ते फिर महाराज ने चौथे दिन सद के कहा जानी उस रब नूं मिलना है। हाँ महाराज, कहन लगे जा और सामने सतलुज वगदा छाल मार दे, जा छाल मार दे, दरिया भज गया उस वक्त, पिछा मुड़ के नहीं वेख्या। हजूर ने भाई बिधी चंद नूं कहा जल्दी नाल जाओ, पता ना लगे, जदों छाल मारन लगे तो उन्हूं पानी विचों बचाउणा, डुब्बण नहीं देना, पर वह बलिहार उस पठान तो उन्हें पिछे मुड़ के नहीं वेख्या कोई बचाण आउंदा कि नहीं आउंदा। इन्नी हिम्मत चाहीदी है, गुरु कवे कि छाल मार तू सलाह ना करें, इत्थे ते 20-20 साल अमृत छकण लई सलाह करी जाने, इन्ना आपां पिछे बैठे सुणदे सब कुछ है, 20-20 साल सलाह करदे लंघ, पहलां बच्चे ब्याह लां, नहीं जी फिर पोतियां दा ब्याह वेख लां, लोकां तो खाधा हुण मैं भी खड़ा लां, ऐसे जाल विच तुसीं फस जांदे हो, 20-20 साल सलाह करदिआं लंघे, कित्थों गुरु दा हुक्म मन लौंगे, बड़ा औखा है। कोई हिम्मत वाला कमाउंदा है, गुरु कवे
ਤੇ ਫਿਰ ਤੂੰ ਸਿੱਧਾ ਉਤਰਦੇ ਉਹ ਚਰਨਾਂ ਵਿੱਚ ਟੈ ਪਿਆ ਮਹਾਰਾਜ ਸੱਚਮੁੱਚ ਗੁਰੂ ਦਾ ਹੁਕਮ ਮੰਨਣਾ ਬਹੁਤ ਔਖਾ ਹੈ ਮੈਨੂੰ ਪਹਿਲਾਂ ਆਪਣੀ ਸੰਗਤ ਦਾ ਹੁਕਮ ਮੰਨਣ ਵਾਸਤੇ ਲਾਓ ਅੱਜ ਮੇਰੇ ਸਤਿਗੁਰ ਜੀ ਬਚਨ ਕਹਿੰਦੇ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਜ਼ਰ ਕਰੇ ਜਿੱਦਣ ਨਜ਼ਰ ਹੋ ਜਾਂਦੀ ਸਿੱਧਾ ਦੇਵਤਾ ਗੁਰੂ ਬਣਾ ਦਿੰਦਾ ਫਿਰ ਉਹ ਦੇਵ ਰੂਪ ਹੋ ਜਾਂਦਾ ਹੈ ਮਾਨਸ ਤੇ ਦੇਵ ਤੇ ਭੈ ਧਿਆਇਆ ਨਾਮ ਹਰੇ ਫਿਰ ਗੁਰੂ ਆਪਣੀ ਪ੍ਰਕਿਰਿਆ ਕੀ ਵਰਤਾਉਂਦਾ ਸਿੱਧਾ ਮਾਨਸ ਤੋਂ ਦੇਵਤਾ ਦੇਵਤੇ ਵਿੱਚ ਉਹਨੂੰ ਲੈ ਜਾਂਦਾ ਰਹਿੰਦਾ ਉਹ ਮਾਨਸ ਵਿੱਚ ਹੈ ਪਰ ਦੇਵ ਦੇ ਬਰਾਬਰ ਪਹੁੰਚ ਜਾਂਦਾ ਜਿਹੜੀਆਂ ਦੇਵ ਰੂਹਾਂ ਕਈ ਕਈ ਜਨਮ ਤਪ ਸਾਧ ਕੇ ਉਸ ਅਵਸਥਾ ਵਿੱਚ ਜਾਂਦੀਆਂ ਨੇ ਗੁਰੂ ਇੱਕ ਨਜ਼ਰ ਵਿੱਚ ਸਿੱਖ ਨੂੰ ਉੱਥੇ ਲੈ ਜਾਂਦਾ ਪਰ ਨਜ਼ਰ ਚਾਹੀਦੀ ਸਭੇ ਥੋਕ ਪ੍ਰਾਪ ਤੇ ਜੇ ਆਵੇ ਇੱਕ ਹੱਥ ਤੇ ਮਹਾਰਾਜ ਜੀ ਕਹਿੰਦੇ ਜੇ ਇੱਕ ਨੂੰ ਹੱਥ ਪੈ ਜਾਏ ਸਭ ਕੁਝ ਮਿਲ ਜਾਂਦਾ ਪਰ ਉਹਦੀ ਨਜ਼ਰ ਦਾ ਪਾਤਰ ਬਣ ਉਹ ਤੈਨੂੰ ਮਾਨਸ ਤੋਂ ਦੇਵਤਾ ਕਰ ਦੇਵੇਗਾ ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਕਹਿਣ ਲੱਗੇ ਫਿਰ ਗੁਰੂ ਹਉਮੈ ਮਾਰ ਦਿੰਦਾ ਔਰ ਸ਼ਬਦ ਦੇ ਨਾਲ ਤੈਨੂੰ ਤੁਰਨ ਦਾ ਤਰੀਕਾ ਦੱਸ ਦਿੰਦਾ ਤੂੰ ਆਪ ਤਰ ਜਾਏਗਾ ਦੂਜਿਆਂ ਨੂੰ ਵੀ ਤਾਰਨ ਦੀ ਸਮਰੱਥਾ ਗੁਰੂ ਤੇਰੇ ਵਿੱਚ ਭਰ ਦੇਵੇਗਾ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਫਿਰ ਗੁਰੂ ਉਸ ਨੂੰ ਸਹਿਜ ਵਿੱਚ ਸਮਾ ਦਿੰਦਾ ਸਭ ਤੋਂ ਉੱਚੀ ਅਵਸਥਾ ਹੈ ਸਹਿਜ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸ਼ੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਜਿੱਦਣ ਗੁਰੂ ਆਪਣੀ ਸੇਵ ਵਿੱਚ ਲਾਉਂਦਾ ਉਦਣ ਤਨ ਮਨ ਵੀ ਸ਼ਾਂਤ ਉਦਣ ਸਭ ਤੋਂ ਉੱਚੀ ਅਵਸਥਾ ਸਹਿਜ ਵਿੱਚ ਉਹਨੂੰ ਟਿਕਾ ਦਿੰਦਾ ਇਹ ਇੰਨੀ ਉੱਚੀ ਅਵਸਥਾ ਹੈ ਕਿ ਦੁੱਖ ਆਵੇ ਉਹਨੂੰ ਸੁੱਖ ਲੱਗਦਾ ਘਾਟਾ ਪੈ ਜਾਏ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ ਕੋਈ ਕੋਲੋਂ ਕੋਈ ਚੀਜ਼ ਚਲੀ ਜਾਏ ਉਹ ਦੁਖੀ ਨਹੀਂ ਹੁੰਦਾ ਕਿੰਨੀ ਉੱਚੀ ਅਵਸਥਾ ਹੋਏਗੀ ਮਹਾਰਾਜ ਕਦੋਂ ਆਉਂਦੀ ਹੈ ਕਹਿਣਗੇ ਜਿੱਦਣ ਗੁਰੂ ਨਜ਼ਰ ਕਰ ਦਿੰਦਾ ਉਦਣ ਫਿਰ ਆਤਮਾ ਇਹ ਮੰਨ ਲੈਂਦੀ ਹੈ ਕਿ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ ਇੱਕ ਇੱਕੀ ਨਿੱਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਉਹਨੂੰ ਕੋਈ ਚੀਜ਼ ਘਾਟਾ ਲੱਗਦੀ ਨਹੀਂ ਪਰ ਕਦੋਂ ਜਦੋਂ ਗੁਰੂ ਕਿਰਪਾ ਕਰੇ ਆਪਣੀ ਕਿਰਪਾ ਨਜ਼ਰ ਕਰ ਦਿੰਦੇ ਹਨ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਆਖੋ ਸਤਨਾਮ ਸ੍ਰੀ ਉਹ ਕਿਵੇਂ ਆਪਣੀ ਭਗਤੀ ਕਰਾਉਂਦੇ ਨੇ ਆਪਣੀ ਵਡਿਆਈ ਪਹਿਲਾਂ ਵਿਖਾਉਂਦਾ ਰੱਬ ਆਪਣੀ ਵਡਿਆਈ ਵਿਖਾਉਂਦਾ ਕਿ ਪਹਿਲਾਂ ਵਡਿਆਈ ਵੇਖ ਰੱਬ ਦੀ ਉਹਨੇ ਕੀ ਕੁਝ ਬਣਾਇਆ ਤੈਨੂੰ ਕਿਵੇਂ ਸਿਰਜਿਆ ਤੂੰ ਪਹਿਲਾਂ ਇਹ ਵੇਖ ਕਿ ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਅਵਾਰਿਆ ਦੋ ਘੰਟੇ ਦਾ ਸ਼ਿੰਗਾਰ ਪੰਜ ਪੰਜ ਹਜ਼ਾਰ ਰੁਪਈਆ ਲੋਕ ਲਾ ਕੇ ਕਰਾਉਂਦੇ ਨੇ ਜਿਹੜੇ ਰੱਬ ਨੇ ਇੰਨਾ ਸੋਹਣਾ ਜਨਮ ਤੋਂ ਦਿੱਤਾ ਉਹਨੂੰ ਚੇਤੇ ਕਰਿਆ ਕਰੋ ਕੋਈ ਪੈਸਾ ਨਹੀਂ ਲਿਆ ਤੇਰੀ ਇੱਕ ਅੱਧੀ ਅੱਖ ਟੇਢੀ ਟੋਢੀ ਕਰ ਦਿੰਦਾ ਫਿਰ ਕੀ ਕਰ ਲੈਣਾ ਸੀ ਫੇਸ ਦਾ ਰੰਗ ਇੱਧਰ ਉੱਧਰ ਕਰ ਦਿੰਦਾ ਫਿਰ ਕੀ ਕਰ ਲੈਣਾ ਸੀ ਸ਼ੁਕਰਾਨਾ ਕਰ ਉਹਨੇ ਅੱਖਾਂ ਸਾਬਤ ਦਿੱਤੀਆਂ ਨੇ ਉਹਨੇ ਜੇਬਾ ਬੋਲਣ ਲਈ ਦਿੱਤੀ ਹੈ ਉਹ ਸ਼ੁਕਰ ਕਰਿਆ ਕਰ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਪੜਿਆ ਕਰੋ ਇਹ ਪੰਕਤੀਆਂ ਤੁਹਾਨੂੰ ਯਾਦ ਨੇ ਵਿਰਧ ਪਿਆ ਉਪਰ ਸਾਖ ਸੈਨ ਮੁਖ ਪਿਆ ਬੈਠ ਕੌਣ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਪਰ ਇੱਕ ਕਮੀ ਹੈ ਇਹ ਮਨ ਨਹੀਂ ਸਮਝਦਾ ਤੇ ਜਦੋਂ ਸਮਝ ਜਾਂਦਾ ਕੀ ਸਮਝਦਾ ਰੱਬ ਆਪਣੀ ਵਡਿਆਈ ਵਿਖਾਉਂਦਾ ਤੇ ਵਡਿਆਈ ਵੇਖਣ ਤੋਂ ਬਾਅਦ ਉਹਦੀ ਵਡਿਆਈ ਵਿੱਚੋਂ ਭਗਤੀ ਕਰਨ ਲੱਗ ਜਾਂਦਾ ਹੈ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ ਫਿਰ ਆਪਣੀ ਪ੍ਰਤੀਤ ਦਿੰਦਾ ਉਹ ਸਭ ਤੋਂ ਅਗਲੀ ਬਖਸ਼ਿਸ਼ ਕੀ ਹੁੰਦੀ ਹੈ ਫਿਰ ਪ੍ਰਤੀਤ ਮੀਨਿੰਗ ਵਿਸ਼ਵਾਸ ਭਰੋਸਾ ਉਹਨੂੰ ਇੰਨਾ ਕੁ ਵਿਸ਼ਵਾਸ ਆ ਜਾਂਦਾ ਫਿਰ ਉਹ ਬਿਲਕਣਾ ਬੰਦ ਕਰ ਦਿੰਦਾ ਤੜਫਣਾ ਬੰਦ ਕਰ ਦਿੰਦਾ ਚਿੰਤਾ ਮੁੱਕ ਜਾਂਦੀ ਹੈ ਉਹਨੂੰ ਇਹ ਵਿਸ਼ਵਾਸ ਆ ਜਾਂਦਾ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੇ ਜਲ ਮੈਂ ਜਨ ਤੋਂ ਪਾਏਨ ਤਿਨਾ ਵੀ ਰੋਜੀ ਦੇ
ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚੋਂ ਪਾਏ ਸਾਇਰਾ ਤਿਨਾਂ ਪਿਸਾਰ ਕਰੇ ਸਾਗਰ ਵਿੱਚ ਵੀ ਪੈਦਾ ਕਰਕੇ ਉਹ ਪਾਲਦਾ ਤੈਨੂੰ ਤੇ ਘਰ ਦਿੱਤਾ ਤੈਨੂੰ ਕਿਉਂ ਨਹੀਂ ਪਾਲੇਗਾ ਤੈਨੂੰ ਤੇ ਪਰਿਵਾਰ ਦਿੱਤਾ ਤੇਰੀ ਕਿਉਂ ਨਹੀਂ ਸੰਭਾਲ ਕਰੇਗਾ ਇਹ ਪ੍ਰਤੀਤ ਫਿਰ ਭਗਤੀ ਕਰਨ ਵਾਲੇ ਦੇ ਅੰਦਰ ਆ ਜਾਂਦੀ ਹੈ ਹਰ ਭਗਤਾਂ ਨੂੰ ਦੇ ਆਨੰਦ ਫਿਰ ਕਰੀ ਬਹਾਲੀਅਨ ਮਹਾਰਾਜ ਕਹਿੰਦੇ ਉਹ ਭਗਤਾਂ ਨੂੰ ਫਿਰ ਆਨੰਦ ਦੇ ਦਿੰਦੇ ਦੁੱਖ ਵਿੱਚ ਵੀ ਆਨੰਦ ਰਹਿੰਦੇ ਨੇ ਘਾਟੇ ਵਿੱਚ ਵੀ ਆਨੰਦ ਰਹਿੰਦੇ ਨੇ ਫਿਰ ਕਿਉਂ ਸਤਿਗੁਰੂ ਨਾਲ ਆਤਮਾ ਮਿਲ ਗਈ ਹੈ ਹੁਣ ਆਨੰਦ ਵਿੱਚ ਹੀ ਰਹਿੰਦੇ ਨੇ ਘਾਟਾ ਪੈ ਜਾਏ ਤਾਂ ਵੀ ਆਨੰਦ ਕੁਝ ਆ ਜਾਏ ਤਾਂ ਵੀ ਆਨੰਦ ਚਲਾ ਜਾਏ ਤਾਂ ਵੀ ਆਨੰਦ ਕੋਈ ਖੁੱਸਣ ਦਾ ਡਰ ਨਹੀਂ ਮੇਰੇ ਕੋਲੋਂ ਕਿਹੜੀ ਚੀਜ਼ ਹੈ ਜਿਹੜੇ ਲੋਕ ਖੋਹ ਲੈਣਗੇ ਮੈਂ ਕੀ ਲੈ ਕੇ ਆਇਆ ਸੀ ਜਿਹੜਾ ਮੇਤੋਂ ਕੋਈ ਖੋ ਲਏਗਾ ਉਹ ਆਨੰਦ ਵਿੱਚ ਰਹਿੰਦਾ ਕੁੱਲੀ ਵਿੱਚ ਰਵੇ ਤਾਂ ਵੀ ਸ੍ਰਿਸ਼ਟੀ ਦਾ ਰਾਜਾ ਰਹਿੰਦਾ ਕਿਉਂਕਿ ਆਨੰਦ ਉਹਨੂੰ ਸਿਮਰਨ ਵਿੱਚੋਂ ਉਹਦੀ ਯਾਦ ਵਿੱਚੋਂ ਆਉਣ ਲੱਗ ਜਾਂਦਾ ਫਿਰ ਪ੍ਰਭ ਨੂੰ ਸਿਮਰਨ ਤੋਂ ਬਾਅਦ ਉਹ ਪਰਮ ਆਨੰਦ ਵਿੱਚ ਉੱਤਰ ਜਾਂਦਾ ਜਿੱਥੇ ਪ੍ਰਭ ਕੋ ਸਿਮਰੈ ਸੇ ਸੁੱਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਉਹ ਸਦਾ ਸੁੱਖਾਂ ਦੇ ਵਾਸੀ ਹੋ ਜਾਂਦੇ ਇਸ ਤਰ੍ਹਾਂ ਥਿਰ ਕਰੀ ਬਹਾਲੀਅਨ ਥਿਰ ਦਾ ਅਰਥ ਹੁੰਦਾ ਸਥਿਰ ਸਟੇਬਲ ਸਟਿਲ ਇੱਕ ਜਗ੍ਹਾ ਤੇ ਗੁਰੂ ਟਿਕਾ ਦਿੰਦਾ ਉਹ ਅਡੋਲ ਹੋ ਜਾਂਦਾ ਫਿਰ ਉਹਦੀ ਅਰਦਾਸ ਪਤਾ ਕੀ ਹੁੰਦੀ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਉਹ ਥਿਰ ਹੋ ਜਾਂਦਾ ਉਹ ਰੋਜ਼ ਪੜ੍ਹਦੇ ਨੇ ਮਨ ਕਰਕੇ ਕੰਮ ਪੂਰੇ ਕਰਾਉਣ ਲਈ ਨਹੀਂ ਪੜ੍ਹਦੇ ਆ ਸ਼ਬਦ ਕਈ ਵਾਰ ਕਾਰਜਾਂ ਵਾਸਤੇ ਲੋਕ ਪੜ੍ਹੀ ਜਾਂਦੇ ਮੈਨੂੰ ਮਾਫ ਕਰਿਓ ਮੈਂ ਤੁਹਾਨੂੰ ਨਾਸਤਕ ਨਹੀਂ ਬਣਾਉਣਾ ਚਾਹੁੰਦਾ ਸ਼ਰਧਾ ਨਹੀਂ ਤੋੜਦਾ ਪਰ ਗਿਆਨ ਦੇਣਾ ਅਤਿਅੰਤ ਜ਼ਰੂਰੀ ਹੈ ਇਹ ਮੇਰੇ ਗੁਰੂ ਦਾ ਹੁਕਮ ਹੈ ਕੰਮਾਂ ਵਾਸਤੇ ਨਾ ਇਹ ਸ਼ਬਦ ਪੜਿਆ ਕਰ ਵਪਾਰੀ ਹੋ ਗਏ ਹੋ ਸਿੱਖ ਧਰਮ ਨਵੀਨ ਧਰਮ ਸੀ ਜਿਹੜੇ ਕਰਮ ਦੂਜੇ ਲੋਕ ਕਰਦੇ ਸੀ ਉਹੀ ਉਹ ਅਸੀਂ ਸਿੱਖ ਕਰਨ ਲੱਗ ਪਏ ਜੇ ਮੇਰੇ ਸਾਹਿਬ ਨੇ ਕਿਹਾ ਸੀ ਸੁਣ ਪਾਂਡੇ ਕਿਹਾ ਲਿਖੋ ਜੰਜਾਲਾ ਲੋਕਾਂ ਨੂੰ ਜੰਜਾਲ ਵਿੱਚ ਪਾਉਣ ਦੀਆਂ ਗੱਲਾਂ ਪਾਂਡਾ ਕਰਦਾ ਸੀ ਅੱਜ ਮਾਫ ਕਰਿਓ ਅਸੀਂ ਸਿੱਖ ਪੁਜਾਰੀ ਕਰਨ ਲੱਗ ਪਏ ਕਿਉਂ ਲਿਖ ਲਿਖ ਦੇਣ ਲੱਗ ਪਏ ਆਹ ਸ਼ਬਦ ਦਾ ਕਰੋ ਪਾਠ ਇੰਨੇ ਦਿਨਾਂ ਵਿੱਚ ਆਹ ਕੰਮ ਹੋਏਗਾ ਮੈਨੂੰ ਬੜਾ ਦੁੱਖ ਹੋਇਆ ਜਦੋਂ ਸ਼ਬਦ ਲਿਖ ਕੇ ਲੋਕ ਦਿੰਦੇ ਨੇ ਕਿ ਕੇਸ ਜਿੱਤ ਜਾਓਗੇ ਅਦਾਲਤ ਵਿੱਚ ਜਿੱਤ ਹੋਏਗੀ ਆਹ ਸ਼ਬਦ ਪੜ੍ਹ ਕੇ ਜਾਇਓ ਆਹ ਸ਼ਬਦ ਪੜ੍ਹ ਲਓ ਪਤੀ ਪਤਨੀ ਦੇ ਨਾਲ ਜੇ ਤੁਹਾਡਾ ਕੋਈ ਝਗੜਾ ਤਲਾਕ ਚੱਲਦਾ ਮੈਂ ਬਾਹਰ ਵਿਦੇਸ਼ ਵਿੱਚ ਹੈਰਾਨ ਹੋਇਆ ਲੋਕ ਤਲਾਕ ਕਰਾਉਣ ਦੇ ਵੀ ਸ਼ਬਦ ਦਿੰਦੇ ਨੇ ਤਲਾਕ ਕਰਾਉਣਾ ਚਾਹੁੰਦੇ ਹੋ ਤੇ ਆਹ ਸ਼ਬਦ ਪੜ੍ਹ ਲਓ ਤੁਸੀਂ ਲੁੱਟੇ ਗਏ ਹੋ ਸਿੱਖੋ ਸੁਚੇਤ ਹੋਵੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਵਾਸਤੇ ਨਹੀਂ ਸੀ ਸਿੱਖਾ ਤੂੰ ਸਦਾ ਅਡੋਲ ਤੇ ਥਿਰ ਹੋਣਾ ਸੀ ਤੇਰੇ ਗੁਰੂ ਨੇ ਕਿਹਾ ਸੀ ਪੜਿਆ ਕਰ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਵੈਸੋ ਗੁਰੂ ਨੇ ਕਿਹਾ ਸੀ ਇਹ ਕੰਮ ਕਰ ਸਥਿਰ ਹੋ ਕੇ ਜਪ ਗੁਰੂ ਤੈਨੂੰ ਅਡੋਲ ਕਰ ਦੇਗਾ ਫਿਰ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਾਹਿਬ ਬਸ ਕਰ ਦੀਨੇ ਅੱਜ ਮਹਾਰਾਜ ਕਹਿੰਦੇ ਥਿਰ ਕਰੀਮ ਬਹਾਲੀਅਨ ਉਹ ਸਥਿਰ ਹੋ ਜਾਣਗੇ ਅਡੋਲ ਹੋ ਜਾਣਗੇ ਕੌਣ ਜਿਹਨਾਂ ਨੂੰ ਗੁਰੂ ਰੱਬ ਉੱਤੇ ਵਿਸ਼ਵਾਸ ਆ ਜਾਂਦਾ ਹੈ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ ਹੁਣ ਉਹ ਸੁਣ ਲਿਓ ਜਿਹੜੇ ਪਾਪੀ ਨੇ ਪਾਪੀ ਕੌਣ ਹੈ ਜਿਹਨੂੰ ਪ੍ਰਤੀਤ ਨਹੀਂ ਆਈ ਪ੍ਰਤੀਤ ਰੱਬ ਤੇ ਨਹੀਂ ਆਈ ਉਹ ਕਰਮ ਕਾਂਡ ਕਰਦਾ ਆਪਣਾ ਸਵਾਰਨ ਲਈ ਦੂਜੇ ਦਾ ਵਿਗਾੜਦਾ ਮੇਰੇ ਔਲਾਦ ਹੋ ਜਾਏ ਕਿਸੇ ਦੀ ਭਾਵੇਂ ਬੱਚੇ ਦੀ ਬਲੀ ਦੇਣੀ ਪੈ ਜਾਏ ਆਪਣਾ ਘਰ ਸੁਖੀ ਕਰਨ ਲਈ ਦੂਜਿਆਂ ਲਈ ਟੂਣਾ ਕਰਦਾ ਆਪਣੇ ਘਰ ਵਿੱਚ ਸੁੱਖ ਲੈਣ ਵਾਸਤੇ ਦੂਜਿਆਂ ਲਈ ਕੰਡੇ ਬੀਜਦਾ ਮਹਾਰਾਜ ਕਹਿੰਦੇ ਹੁਣ ਤੂੰ ਪਾਪੀ ਹੋ ਗਿਆ ਕਿਉਂਕਿ ਤੈਨੂੰ ਰੱਬ ਦੇ ਦਿੱਤੇ ਤੇ ਵਿਸ਼ਵਾਸ ਨਹੀਂ ਤੂੰ ਆਪਣੀ ਮਰਜ਼ੀ ਨਾਲ ਚੱਲਦਾ ਤੇ ਫਿਰ ਤੈਨੂੰ ਸਜ਼ਾ ਕੀ ਮਿਲਣੀ ਹੈ ਮਹਾਰਾਜ ਕਹਿੰਦੇ ਤੂੰ ਥਿਰ ਨਹੀਂ ਰਵੇਂਗਾ ਚੁਣ ਨਰਕ ਘੋਰ ਚਾਲੀਅਨ ਤੈਨੂੰ ਚੁਣ ਕੇ ਰੱਬ ਨੇ ਨਰਕ ਵਿੱਚ ਪਾਉਣਾ ਚੁਣ ਕੇ ਨਰਕ 'ਚ ਪਾਉਣਾ ਔਰ ਫਿਰ ਉਹ ਚੁਣਿਆ ਹੋਇਆ ਨਰਕ ਜਿੱਦਣ ਰੱਬ ਨੇ ਦਿਖਾਉਣਾ ਮਾਫ਼ ਕਰਿਓ ਇੱਕ ਵਾਰ ਨਰਕ ਕੋਈ ਵੇਖ ਲਏ ਤੋਬਾ ਕਰ ਲਏਗਾ ਕਿ ਮੈਂ ਪਾਪ ਨਹੀਂ ਕਰਾਂ ਇੱਕ ਸੱਜਣ ਉਹਦੇ ਕੋਲ ਪੈਸਾ ਬੜਾ ਸੀ ਬੜੀ ਅਜਾਸ਼ੀ ਕੀਤੀ
ਪੈਸੇ ਨਾਲ ਇਹੋ ਜਿਹੀਆਂ ਦਵਾਈਆਂ ਵੀ ਲੋਕ ਖਾਂਦੇ ਨੇ ਕਿ ਮੈਂ ਬੁੱਢਾ ਨਾ ਹੋਵਾਂ। ਖਾਧੀਆਂ ਉਹਨੇ, ਬੜੀ ਅਜਾਸ਼ੀ ਕੀਤੀ, ਰੱਜ ਕੇ ਪਾਪ ਕੀਤੇ, ਐਸ਼ ਕੀਤੀ, ਔਰ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ, ਇਹੋ ਜਿਹੇ ਪਾਪ ਜਿਹੜੇ ਘੋਰ ਪਾਪ। ਔਰ ਉਹਨੇ ਵੱਡੀ ਉਮਰ ਵਿੱਚ ਵੀ ਇਹ ਪਾਪ ਕਮਾਏ। ਜਿੱਦਣ ਫਿਰ ਰੱਬ ਨੇ ਚੁਣ ਨਰਕ ਘੋਰ ਚਾਲੀਆਂ ਚੁਣ ਕੇ ਨਰਕ ਵਿੱਚ ਪਾਇਆ, ਉਹ ਹਾਲਤ ਵੇਖਣ ਵਾਲੀ ਸੀ। ਲੱਤਾਂ ਪੈਰ ਗੋਡੇ ਰਹਿ ਗਏ, ਸਰੀਰ ਗਲਣ ਲੱਗ ਪਿਆ, ਉਹਦੇ ਪਰਿਵਾਰ ਵਾਲੇ ਪਾਸਾ ਦਵਾਉਂਦੇ ਸੀ, ਚਮੜੀ ਐਂ ਲੈ ਜਾਂਦੇ ਸੀ। ਫਿਰ ਘਰ ਵਾਲਿਆਂ ਪਤਾ ਕੀ ਕੀਤਾ, ਘਰ ਨਹੀਂ ਰੱਖ ਸਕਦੇ, ਇੰਨੇ ਅਮੀਰ ਹਾਂ, ਕਿਤੇ ਹੋਰ ਛੱਡਾਂਗੇ, ਬੇਇੱਜ਼ਤੀ ਹੋਏਗੀ। ਇੱਕ ਘਰ ਉਹਨਾਂ 50 ਕੁ ਗਜ ਦਾ ਕਿਤੇ ਮੁੱਲ ਖਰੀਦਿਆ, ਉੱਥੇ ਲਿਜਾ ਕੇ ਰੱਖ ਦਿੱਤਾ, ਨੌਕਰ ਨੂੰ ਠਹਿਰਾਤਾ ਵੀ ਨਾਲੇ ਤੈਨੂੰ ਫਰੀ ਰਹਿਣ ਲਈ ਘਰ ਦਿੱਤਾ, ਸਾਡੇ ਬਜ਼ੁਰਗ ਨੂੰ ਦਵਾਈ ਦੇ ਲਿਆ। ਸਰੀਰ ਗਲ ਗਿਆ, ਮੌਤ ਮੰਗਦਾ ਸੀ, ਮਾਫ ਕਰਿਓ, ਇਹਨੂੰ ਕਹਿੰਦੇ ਨੇ ਚੁਣ ਨਰਕ ਘੋਰ ਚਾਲੀਆਂ। ਨਰਕ ਕੋਈ ਹੋਰ ਨਹੀਂ, ਨਰਕ ਇੱਥੇ ਭੋਗਣਾ ਪੈਣਾ। ਅੱਜ ਮਹਾਰਾਜ ਜੀ ਸਮਝਾਉਂਦੇ, ਭਲਿਆ ਪਾਪੀ ਨਾ ਬਣ, ਚੁਣੇ ਹੋਏ ਨਰਕ ਵਿੱਚ ਰੱਬ ਜਿੱਦਣ ਸੁੱਟੇਗਾ, ਸਜ਼ਾ ਭੁਗਤਣੀ ਔਖੀ ਹੋਏਗੀ। ਹਰ ਭਗਤਾਨੋ ਦੇ ਪਿਆਰ ਕਰ ਅੰਗ ਨਿਸਤਾਰੀਅਨ। ਤੇ ਸਾਹਿਬ ਕਹਿੰਦੇ ਰੱਬ ਜਿਹੜਾ ਉਹ ਆਪਣੇ ਭਗਤਾਂ ਨਾਲ ਫਿਰ ਪਿਆਰ ਕਰਦਾ, ਉਹਨਾਂ ਨੂੰ ਮਾਣ ਦਿੰਦਾ, ਉਹਨਾਂ ਨੂੰ ਪਿਆਰ ਦਿੰਦਾ। ਜਿੱਥੇ ਉਹ ਚੇਤੇ ਕਰਦੇ ਨੇ ਉੱਥੇ ਰੱਬ ਨੂੰ ਹਾਜ਼ਰ ਹੋਣਾ ਪੈਂਦਾ। ਕਰ ਅੰਗ ਨਿਸਤਾਰੀਅਨ, ਉਹਨਾਂ ਦੀ ਅੰਗ ਰੱਖਿਆ ਕਰਦਾ ਔਰ ਬਿਲਕੁਲ ਨਾਲ ਰਹਿੰਦਾ, ਰੱਬ ਉਹਨਾਂ ਨਾਲ ਰਿਸ਼ਤੇਦਾਰੀ ਬਣਾ ਲੈਂਦਾ। ਜਿਵੇਂ ਕਿਸੇ ਨਾਲ ਬਹੁਤ ਪਿਆਰ ਬਣ ਜਾਏ, ਤੁਸੀਂ ਉਹ ਤੋਂ ਬਗੈਰ ਰਹਿ ਨਹੀਂ ਸਕਦੇ, ਫਿਰ ਤੁਸੀਂ ਹਰ ਰੋਜ਼ ਕਹਿੰਦੇ ਹੋਵੇ ਇਕੱਠੇ ਹੋਣਾ, ਸ਼ਾਮ ਨੂੰ ਪ੍ਰੇਮ ਬਣ ਜਾਂਦਾ। ਇਸ ਤਰ੍ਹਾਂ ਭਗਤਾਂ ਦਾ ਰੱਬ ਨਾਲ ਬਣ ਜਾਂਦਾ, ਰੱਬ ਵੀ ਫਿਰ ਰਹਿ ਨਹੀਂ ਸਕਦਾ, ਰੱਬ ਨੂੰ ਵੀ ਉਹਦੇ ਕੋਲ ਰੋਜ਼ ਆਉਣਾ ਪੈਂਦਾ, ਉਹ ਵੀ ਉਹਦੇ ਨਾਲ ਰੋਜ਼ ਮਿਲ ਕੇ ਰੱਬ ਦੀਆਂ ਬਾਤਾਂ ਉਹਦੀਆਂ ਕਹਾਣੀਆਂ ਵਿੱਚ ਅੰਦਰ ਚਿੱਤ ਜੋੜਦਾ। ਮਹਾਰਾਜ ਕਹਿੰਦੇ ਰੱਬ ਦੀ ਫਿਰ ਰਿਸ਼ਤੇਦਾਰੀ ਪਤਾ ਕਿਹਦੇ ਨਾਲ, ਭਗਤਾਂ ਨਾਲ ਬਣ ਜਾਂਦੀ। ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ। ਰੱਬ ਗੁਣ ਨਿਧਾਨ ਭਗਤਾਂ ਨਾਲ ਮਿਲ ਵਰਤੋਂ ਰੱਖਦਾ, ਉਹਨਾਂ ਨਾਲ ਰਿਸ਼ਤੇਦਾਰੀ ਰੱਖਦਾ। ਇਸ ਲਈ ਮੇਰੇ ਮਹਾਰਾਜ ਕਹਿੰਦੇ ਤੂੰ ਉਸ ਰੱਬ ਦਾ ਧਿਆਨ ਧਰ ਕੇ ਜਪਿਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਫਿਰ ਤੇਰੇ ਨਾਲ ਪਿਆਰ ਕਰਨ ਲੱਗ ਜਾਏਗਾ, ਨਰਕ ਵਿੱਚ ਨਹੀਂ ਪੈਂਦਾ। ਇੱਕ ਬੇਨਤੀ ਮੈਂ ਕਰਨੀ ਹੈ, ਪ੍ਰਬੰਧਕਾਂ ਨੇ ਉਪਰਾਲਾ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਦਰ ਕਿਰਪਾ ਕੀਤੀ, ਹੁਣ ਹਿੰਮਤ ਵਾਲਾ ਹੀ ਨਿੱਤਰ ਸਕਦਾ, ਜਿਹਦੇ ਅੰਦਰ ਹਿੰਮਤ ਨਹੀਂ ਉਹ ਸਲਾਹਾਂ ਕਰਦੇ ਰਹਿ ਜਾਣਗੇ। ਮੈਂ ਕਈ ਵਾਰ ਅੱਗੇ ਵੀ ਬੇਨਤੀ ਕੀਤੀ, ਉਹ ਸਿੱਖਾ ਤੂੰ 20-20 ਸਾਲ ਅੰਮ੍ਰਿਤ ਛਕਣ ਲਈ ਸਲਾਹਾਂ ਕਰਦਾ ਰਹਿੰਦਾ, ਇੰਨੀ ਸਲਾਹ ਤੇ ਮੇਰੇ ਕਲਗੀਆਂ ਵਾਲੇ ਨੇ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤ ਤੋਰਨ ਲੱਗਿਆਂ ਨਹੀਂ ਕੀਤੀ, ਜਿੰਨੀ ਸਲਾਹ ਤੂੰ ਕਰੀ ਜਾ ਰਿਹਾ। ਤੂੰ ਸਿਰਫ ਗੁਰੂ ਵਾਲਾ ਬਣਨਾ, ਤੈਨੂੰ ਗੁਰੂ ਨੇ ਵਿਕਾਰਾਂ ਤੇ ਬੁਰਿਆਂ ਪਾਸੋਂ ਰੋਕਣਾ, ਤੈਨੂੰ ਗੁਰੂ ਨੇ ਕਹਿਣਾ ਤੂੰ ਨਰਕ ਵਿੱਚ ਨਾ ਪਵੇਂ, ਇਸ ਲਈ ਮੈਂ ਤੈਨੂੰ ਚੰਗੇ ਕਰਮ ਦੇਣ ਲੱਗਾ, ਜਾਂ ਤੇਰੇ ਪਿਛਲੇ ਕਰਮਾਂ ਦੀ ਜ਼ਿੰਮੇਵਾਰੀ ਵੀ ਅੱਜ ਤੋਂ ਬਾਅਦ ਲੈ ਲਾਂਗਾ, ਪਰ ਅੱਜ ਤੋਂ ਬਾਅਦ ਉਹ ਕਰਮ ਨਾ ਕਰੀਂ, ਤੈਨੂੰ ਨਰਕ ਵਿੱਚ ਨਹੀਂ ਪੈਣ ਦੇਵਾਂਗਾ। ਮਾਲਵੇ ਦੀ ਧਰਤੀ ਤੇ ਮਹਾਰਾਜ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ 21 ਦਿਨ, ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ, ਦੀਨੇ ਕਾਂਗੜ ਦੋਵਾਂ ਪਿੰਡਾਂ ਦੇ ਵਿਚਕਾਰ ਗੁਰਦੁਆਰਾ, ਔਰ ਉਸ ਗੁਰਦੁਆਰੇ ਦਾ ਨਾਮ ਹੈ ਜ਼ਫਰਨਾਮਾ ਸਾਹਿਬ। ਉੱਥੋਂ ਮਹਾਰਾਜ ਨੇ ਇੱਕ ਚਿੱਠੀ ਲਿਖੀ ਔਰੰਗਜ਼ੇਬ ਨੇ, ਜ਼ਫਰਨਾਮਾ। ਜਿਹੜਾ ਕਾਂਗੜ ਵਾਲਾ ਤਿੰਨਾਂ ਭਰਾਵਾਂ ਦਾ ਚੌਧਰੀ ਦੀ ਹਵੇਲੀ ਸੀ, ਉੱਥੇ ਮਹਾਰਾਜ ਠਹਿਰੇ ਨਾ, ਕਿਉਂਕਿ 1 ਦਿਨ ਰਹੇ, ਉਹਨਾਂ ਦੇ ਹਾਲਾਤ ਵੇਖ ਕੇ, ਭਾਵਨਾ ਵੇਖ ਕੇ ਨਾ ਠਹਿਰੇ, ਦੋਵਾਂ ਪਿੰਡਾਂ ਦੇ ਵਿਚਕਾਰ ਠਹਿਰੇ। ਦੋ ਭਰਾ ਸ਼ਰਾਬੀ ਕਵਾਬੀ ਵਿਸ਼ਈ, ਇੱਕ ਭਰਾ ਸ਼ਰਧਾ ਵਾਲਾ, ਉਹ ਆਉਣ ਲੱਗ ਪਿਆ ਰੋਜ਼। 21 ਦਿਨ ਆਉਂਦਾ ਰਿਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਸੇਵਾ ਤੋਂ ਖੁਸ਼ ਹੋ ਕੇ ਕਈ ਵਾਰ ਉਹਨੂੰ ਪੁੱਛਦੇ ਰਹੇ, ਭਾਈ ਸ਼ਮੀਰੇ ਮੰਗ ਕੀ ਚਾਹੀਦਾ? ਉਹਨੇ ਕਿਹਾ ਮਹਾਰਾਜ ਕੁੱਝ ਨਹੀਂ ਚਾਹੀਦਾ, ਹਵੇਲੀ ਰਾਜ ਬੱਚੇ ਸਭ ਕੁਝ ਦਿੱਤਾ, ਆਪਣਾ ਪਿਆਰ ਬਖਸ਼ੋ। ਸਾਹਿਬ ਨੇ ਕਿਹਾ ਜਾ, ਜੇ ਰਾਜ ਚਾਹੀਦਾ ਸਾਡਾ ਘੋੜਾ ਲੈ ਜਾ, ਸੂਰਜ ਡੁੱਬਣ ਤੱਕ ਇਹਦੀ ਯਾਤਰਾ ਕਰਾ, ਜਿੱਥੋਂ ਤੱਕ ਘੁੰਮੇਗਾ ਤੇਰੀ ਵੰਸ਼ ਦਾ ਰਾਜ ਹੋਣਾ। ਉਹ ਘਰ ਗਿਆ, ਉਹਦੇ ਭਰਾ ਲੜ ਪਏ, ਕਹਿੰਦੇ ਜਿਹੜੇ ਗੁਰੂ ਕੋਲ ਆਪਣਾ ਰਾਜ ਨਹੀਂ ਰਿਹਾ ਤੈਨੂੰ ਕਿੱਥੋਂ ਦੇ ਦੇਗਾ? ਜਿਹੜਾ ਗੁਰੂ ਆਪਣਾ ਆਨੰਦਪੁਰ ਸਾਹਿਬ ਛੱਡ ਆਇਆ, ਆਪਣੇ ਬੱਚੇ ਨਹੀਂ ਕੋਲ ਰਹੇ,
ਅੱਜ ਗੁਰੂ ਕੋਲ ਫੌਜਾਂ ਨਹੀਂ, ਅੱਜ ਗੁਰੂ ਕੋਲ ਹਾਥੀ ਘੋੜੇ ਨਹੀਂ, ਉਹ ਤੈਨੂੰ ਕਿੱਥੋਂ ਦੇਗਾ? ਸ਼ਰਾਬ ਪੀਣ ਵਾਲੇ ਉਸ ਲਖਮੀਰੇ ਨੇ ਤੇ ਤਖਤ ਮੱਲ ਨੇ ਗਾਲਾਂ ਕੱਢ ਕੇ ਉਹਨੂੰ ਮੋੜ ਦਿੱਤਾ। ਉਹਨੇ ਘੋੜਾ ਲਿਜਾ ਕੇ ਫਿਰ ਉੱਥੇ ਬੰਨ ਦਿੱਤਾ ਜਿੱਥੇ ਦਸਵੇਂ ਪਾਤਸ਼ਾਹ ਰਹਿੰਦੇ ਸੀ। ਫਿਰ ਇੱਕ ਦਿਨ ਮਹਾਰਾਜ ਨੂੰ ਪ੍ਰਸ਼ਾਦਾ ਛਕਾਏ ਤੇ ਸਤਿਗੁਰ ਜੀ ਦੀ ਨਜ਼ਰ ਪਈ ਤਾਂ ਮਹਾਰਾਜ ਹੱਸ ਕੇ ਕਹਿੰਦੇ, ਸ਼ਮੀਰੇ ਚਾਹੀਦਾ ਕੁਝ? ਕਹਿੰਦੇ, ਮਹਾਰਾਜ ਜੀ ਇੱਕ ਬੁਰਕੀ ਵਿੱਚੋਂ ਮੈਨੂੰ ਦੇ ਦਿਓ, ਅੰਮ੍ਰਿਤ ਪ੍ਰਸ਼ਾਦ ਹੈ ਮਹਾਰਾਜ ਮੈਨੂੰ ਦੇ ਦਿਓ। ਸਤਿਗੁਰਾਂ ਕਰੀਏ।